ਮੈਂ ਹਰ ਇੱਕ ਜਗ੍ਹਾ ਦੇ ਉੱਤੇ ਦਾਵਾ ਕਰ ਦਿੰਦਾ ਹੁਣ ਮੈਂ ਕਹਿੰਦਾ ਸਟਾਮ ਲਿਓ ਤੇ ਲਿਖ ਕੇ ਦੇ ਦਿਆਂਗੇ ਕਿ ਹਰ ਬਿਮਾਰੀ ਦਾ ਇਲਾਜ ਆ ਜਿਹੜਾ ਆਯੁਰਵੈਦਿਕ ਦੇ ਵਿੱਚ ਹੈਗਾ ਜੇ ਕੋ ਕਹਿੰਦਾ ਨਸ਼ੇ ਦਾ ਇਲਾਜ ਆ ਮੈਂ ਕਹਿੰਦਾ ਸਟਾਮ ਫੜ ਲਿਓ ਲਿਖ ਕੇ ਦੇ ਦਿਆਂਗੇ ਜੇ ਕੋ ਕਹਿੰਦਾ ਕਾਲਾ ਪੀਲਿਆ ਬਵਾਸੀਰ ਥਰਡ ਟਾਈਫਾਇਡ ਸਾਡਾ ਇਲਾਜ ਨਹੀਂ ਹੋ ਰਿਹਾ ਆਯੁਰਵੈਦਿਕ ਦੇ ਵਿੱਚ ਮੈਂ ਕਹਿੰਦਾ ਜਿੱਥੇ ਲਿਖਾਉਣਾ ਮੇਰੇ ਨਾਲ ਲਿਖਾ ਲਓ ਕਚਹਿਰੀਆਂ ਚੱਲ ਬੜੋ ਲਿਖ ਕੇ ਦੇ ਦੂੰਗਾ ਹੋਰ ਦੱਸੋ ਇਹਦੇ ਉੱਤੇ ਮੈਂ ਕੁਝ ਨਹੀਂ ਕਰ ਸਕਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਐਨ ਆਰ ਆਈ ਪੰਜਾਬੀ ਟੀਵੀ ਮੈਂ ਹਾਂ ਤੁਹਾਡੇ ਨਾਲ ਸਿਮਰਨ ਕਾਲੀਰਾਓ ਅੱਜ ਮੈਂ ਤੁਹਾਡੀ ਮੁਲਾਕਾਤ ਕਰਵਾਉਣੀ ਹੈ ਵੈਦ ਰਾਜਬੋਧ ਸਿੰਘ ਖੁਸ਼ਦਿਲਜੀ ਦੇ ਨਾਲ ਜੋ ਕਿ ਹਰ ਇੱਕ ਬਿਮਾਰੀ ਦਾ ਇਲਾਜ ਆਯੁਰਵੈਦਿਕ ਤਰੀਕੇ ਦੇ ਨਾਲ ਕਰਦੇ ਨੇ ਆਯੁਰਵੈਦਿਕ ਦਾ ਜਦੋਂ ਵੀ ਅਸੀਂ ਨਾਮ ਲੈਂਦੇ ਹਾਂ ਤਾਂ ਲੋਕੀ ਅਕਸਰ ਬਹੁਤ ਜ਼ਿਆਦਾ ਜਾਂ ਤਾਂ ਕਨਫਿਊਜ਼ ਹੋ ਜਾਂਦੇ ਆ ਜਾਂ ਫਿਰ ਆਯੁਰਵੈਦਿਕ ਦੇ ਨਾਮ ਤੋਂ ਬਹੁਤ ਪਛਦੇ ਨੇ ਕਿਉਂਕਿ ਜਿਹੜਾ ਇਹਦਾ ਟ੍ਰੀਟਮੈਂਟ ਹੁੰਦਾ ਪ੍ਰੋਸੈਸ ਲੰਬਾ ਜ਼ਰੂਰ ਹੁੰਦਾ ਪਰ ਇਹਦਾ ਜਿਹੜਾ ਇਲਾਜ ਹੁੰਦਾ ਹੈ ਜਿਹੜੇ ਰਿਜ਼ਲਟਸ ਹੁੰਦੇ ਨੇ ਉਹ ਬਹੁਤ ਹੀ ਜ਼ਿਆਦਾ ਵਧੀਆ ਹੁੰਦੇ ਨੇ ਔਰ ਲੰਬੇ ਸਮੇਂ ਤੱਕ ਰਹਿੰਦੇ ਨੇ ਉੱਥੇ ਦੂਜੇ ਪਾਸੇ ਜੇਕਰ ਆਪਾਂ ਅੰਗਰੇਜ਼ੀ ਦਵਾਈਆਂ ਦੀ ਗੱਲ ਕਰੀਏ ਲੋਕੀ ਅੰਗਰੇਜ਼ੀ ਦਵਾਈਆਂ ਲੈਣਾ ਪ੍ਰੈਫਰ ਕਰਦੇ ਨੇ ਪਰ ਜੇਕਰ ਅਸੀਂ ਗੱਲ ਕਰੀਏ ਆਯੁਰਵੈਦਿਕ ਦੀ ਤਾਂ ਪੁਰਾਣੇ ਸਮੇਂ ਦੇ ਵਿੱਚ ਆਯੁਰਵੈਦਿਕ ਦੀ ਹੀ ਪਰ ਅੱਜਕੱਲ੍ਹ ਲੋਕੀ ਜਿਵੇਂ ਜਿਵੇਂ ਟੈਕਨੋਲੋਜੀ ਵੱਧ ਰਹੀ ਹੈ ਲੋਕੀ ਅੰਗਰੇਜ਼ੀ ਦਵਾਈਆਂ ਦੀ ਵਰਤੋਂ ਜ਼ਿਆਦਾ ਕਰਦੇ ਨੇ ਰਿਜ਼ਲਟਸ ਬੇਸ਼ੱਕ ਸਾਨੂੰ ਇਨਸਟੈਂਟ ਮਿਲ ਜਾਂਦੇ ਨੇ ਪਰ ਕਿਤੇ ਨਾ ਕਿਤੇ ਸਾਨੂੰ ਜਿਹੜੀਆਂ ਸਾਡੀਆਂ ਪੁਰਾਣੀਆਂ ਚੀਜ਼ਾਂ ਨੇ ਜਿਵੇਂ ਕਿ ਆਯੁਰਵੈਦਿਕ ਹੋ ਗਿਆ ਅਗਰ ਅਸੀਂ ਇਹਨਾਂ ਦੇ ਨਾਲ ਜੁੜੀਏ ਤਾਂ ਅਸੀਂ ਬਿਮਾਰੀਆਂ ਨੂੰ ਜੜੋਂ ਖਤਮ ਕਰ ਸਕਦੇ ਹਾਂ ਬਟ ਜਿਹੜੀਆਂ ਅੰਗਰੇਜ਼ੀ ਦਵਾਈਆਂ ਹੁੰਦੀਆਂ ਇਨਸਟੈਂਟ ਰਿਜ਼ਲਟਸ ਸਾਨੂੰ ਮਿਲ ਜਾਂਦੇ ਆ ਪਰ ਜਿਹੜੀ ਬਿਮਾਰੀ ਹੈ ਜੜੋਂ ਖਤਮ ਬਿਲਕੁਲ ਵੀ ਨਹੀਂ ਹੁੰਦੀ ਇਹ ਮੈਨੂੰ ਲੱਗਦਾ ਤੁਹਾਡਾ ਕੀ ਨਜ਼ਰੀਆ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਸਾਡੇ ਨਾਲ ਸਾਂਝਾ ਜ਼ਰੂਰ ਕਰ ਸਕਦੇ ਹੋ ਸੋ ਮੇਰੇ ਨਾਲ ਮੌਜੂਦ ਨੇ ਵੈਦ ਰਾਜਪੂਰ ਸਿੰਘ ਖੁਸ਼ਦਿਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਨੰਾਰੇ ਪੰਜਾਬੀ ਟੀਵੀ ਦੇਖ ਰਹੇ ਜਿੰਨੇ ਵੀ ਦਰਸ਼ਕ ਨੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਤੁਹਾਡੀ ਸਮੁੱਚੀ ਟੀਮ ਦਾ ਜੋ ਸਾਡੇ ਕੋਲ ਪਹੁੰਚੇ ਹੋ ਜੀ ਐਨ ਬਹੁਤ ਬਹੁਤ ਸ਼ੁਕਰੀਆ ਵੈ ਜੀ ਮੇਰਾ ਸਵਾਲ ਸਭ ਤੋਂ ਪਹਿਲਾਂ ਤੁਹਾਡੇ ਕੋਲੋਂ ਇਹ ਹੈ ਕਿ ਅੱਜ ਕੱਲ ਲੋਕੀ ਆਯੁਰਵੈਦਿਕ ਦਾ ਨਾਮ ਸੁਣ ਕੇ ਬਹੁਤ ਜ਼ਿਆਦਾ ਕਨਫਿਊਜ਼ ਹੋ ਜਾਂਦੇ ਨੇ ਜਾਂ ਫਿਰ ਭੱਜਦੇ ਨੇ ਵੀ ਅਸੀਂ ਆਯੁਰਵੈਦਿਕ ਤਰੀਕੇ ਦੇ ਨਾਲ ਕਿਸੇ ਵੀ ਬਿਮਾਰੀ ਦਾ ਇਲਾਜ ਨਹੀਂ ਕਰਵਾਉਣਾ ਇਹ ਸਭ ਕੁਝ ਲੋਕਾਂ ਦੇ ਮਨਾਂ ਦੇ ਵਿੱਚ ਕਿਉਂ ਹੈ ਦੇ ਦੋਰੀ ਚ ਨਾ ਜੀ ਇੱਕ ਤਾਂ ਸਾਰਿਆਂ ਤੋਂ ਪਹਿਲਾਂ ਕਹਾਵਤ ਹੈ ਕਿ ਨੀਮ ਹਕੀਮ ਖਤਰਾ ਹੈ ਜਾਨ ਮਾੜਾ ਹਕੀਮ ਆ ਜਿਹੜਾ ਜਾਨ ਨੂੰ ਸਿਆਪਾ ਖੜਾ ਕਰ ਦਿੰਦਾ ਕਈ ਤਾਂ ਹੁਣ ਵੇਖਾ ਵੇਖੀ ਹਕੀਮ ਬਣ ਜਾਂਦੇ ਆ ਵੀ ਅਸੀਂ ਹਕੀਮ ਆ ਜੀ ਕਈ ਬੰਦੇ ਐ ਇਦਾਂ ਦੇ ਆ ਜਿਹੜੇ ਕਹਿੰਦੇ ਅਸੀਂ ਹਕੀਮ ਆ ਜਾਂ ਵੈਦ ਆ ਪਰ ਉਹਨਾਂ ਨੂੰ ਬਾਤ ਪਿੱਤ ਕਫ ਦੇ ਬਾਰੇ ਜਦੋਂ ਗੱਲ ਕਰੀਦੀ ਐ ਕਿਉਂਕਿ ਤਿੰਨ ਪ੍ਰਕਿਰਤੀਆਂ ਸਾਡੇ ਸਰੀਰ ਦੀਆਂ ਨੇ ਬਾਤ ਪਿੱਤ ਕਫ ਜਾਂ ਗਰਮੀ ਜਾਂ ਰੇਸ਼ਾ ਤੇ ਜਾਂ ਜੋੜਾਂ ਦਾ ਦਰਦ ਜੀ ਨੂੰ ਬਾਜੂ ਕਹਿ ਦਿੰਦੇ ਆ ਅਸੀਂ ਜਦੋਂ ਅਸੀਂ ਉਹਦੇ ਨਾਲ ਗੱਲ ਕਰਨ ਦੀ ਡਿਸਕਸ ਕਰਨ ਦੀ ਕੋਸ਼ਿਸ਼ ਕਰਦੇ ਉਹ ਕਹਿੰਦੇ ਜੀ ਇੰਨਾ ਨਹੀਂ ਪਤਾ ਪਰ ਲੋਕ ਸਾਡੇ ਕੋਲ ਬਹੁਤ ਆਉਂਦੇ ਦਵਾਈ ਲੈਣ ਵਾਸਤੇ ਦੂਸਰਾ ਰੀਜਨ ਇਹ ਹੈਗਾ ਕਿ ਕਈ ਵਾਰਾਂ ਅਸੀਂ ਆਪ ਦੇ ਪੈਸੇ ਦੇ ਲਾਲਚ ਦੇ ਵਿੱਚ ਅਸੀਂ ਕਿਸੇ ਦੀ ਜ਼ਿੰਦਗੀ ਦੇ ਨਾਲ ਖਲਵਾੜ ਕਰਨ ਲੱਗੇ ਇੱਕ ਮੈਂਟ ਲਾਉਣੇ ਅੱਧੀ ਦਵਾਈ ਐਲੋਪੈਥਿਕ ਕੱਟ ਕੇ ਵਿੱਚ ਪਾਤੀ ਅੱਧੀ ਆਯੁਰਵੈਦਿਕ ਦਾ ਕੋਈ ਚੂਰਨ ਮਿਕਸ ਕਰਤਾ ਸਿਰਫ ਪੈਸੇ ਦੀ ਖਾਤਰ ਜਦੋਂ ਲੋਕਾਂ ਦੇ ਵਿੱਚ ਇਹ ਗੱਲਾਂ ਵਿਚਰਦੀਆਂ ਨੇ ਉਹ ਕਹਿੰਦੇ ਜੇ ਅਸੀਂ ਦਵਾਈ ਖਾਤੀ ਸੀ ਜਿੰਨਾ ਚਿਰ ਖਾਈ ਗਏ ਉਹਨਾਂ ਚਿਰ ਰਿਜ਼ਲਟ ਮਿਲਿਆ ਉਸ ਤੋਂ ਬਾਅਦ ਤੇ ਸਾਨੂੰ ਆਹ ਸਾਈਡ ਇਫੈਕਟ ਹੋ ਗਿਆ ਉਹਦੇ ਕਰਕੇ ਸਾਡੀ ਆਪਦੀ ਗਲਤੀ ਹੈ ਸਾਡੇ ਵੈਦਾਂ ਦੀ ਗਲਤੀ ਹੈ ਜਿਹੜੇ ਕਿ ਲੋਕ ਸਾਥੋਂ ਦੂਰ ਹੁੰਦੇ ਗਏ ਔਰ ਜੇਕਰ ਆਯੁਰਵੈਦਕ ਦੀ ਗੱਲ ਕਰੀਏ ਤੇ ਸਾਰਿਆਂ ਤੋਂ ਪੁਰਾਣੀ ਐਲੋਪੈਥੀ ਜਾਂ ਆਯੁਰਵੈਦਕ ਜਾਂ ਜਿੰਨੀਆਂ ਵੀ ਪੈਥੀਆਂ ਸਾਡੇ ਚੱਲ ਰਹੀਆਂ ਨੇ ਉਹਨਾਂ ਸਾਰਿਆਂ ਤੋਂ ਪੁਰਾਣੀ ਪੈਥੀ ਹੈ ਜਿਹੜੀ ਆਯੁਰਵੈਦਕ ਆ ਦੀਦਾ ਜ਼ਿਕਰ ਰੈਗਵੇ ਤੇ ਅੰਦਰ ਵੀ ਬਹੁਤ ਸੋਨਾ ਕੀਤਾ ਗਏ ਬਹੁਤ ਸਾਰੀਆਂ ਦਵਾਈਆਂ ਟਰੀਟਮੈਂਟ ਉਹਦੇ ਵਿੱਚ ਦਰਜ ਕੀਤੇ ਗਏ ਔਰ ਅੱਜ ਜੇ ਲੋਕਾਂ ਨੂੰ ਲੋੜ ਹੈ ਜੇ ਬਚਾ ਸਕਦੀ ਹੈ ਕੇਵਲ ਤੇ ਕੇਵਲ ਆਯੁਰਵੈਦਕ ਬਚਾ ਸਕਦੀ ਹੈ ਜਿਵੇਂ ਹੁਣ ਸਾਡੇ ਕੋਵਿਡ ਦਾ ਨੱਕੇ ਹਟਿਆ ਵਾ ਉਹਦੇ ਵਿੱਚ ਵੀ ਬਹੁਤ ਸਾਰੀਆਂ ਰਾਵਾਂ ਸਾਨੂੰ ਸੁਣਨ ਨੂੰ ਮਿਲੀਆਂ ਜਾਂ ਬਹੁਤ ਸਾਰੇ ਡਾਕਟਰਾਂ ਨੇ ਸਾਨੂੰ ਟਰੀਟਮੈਂਟ ਦੱਸਿਆ ਉਹ ਕਹਿੰਦੇ ਯਦਕਰਵਾਲ ਕੇ ਪੀ ਲੋ ਨਿੱਕੀ ਇਲੈਚੀ ਵਾਲ ਕੇ ਪੀ ਲੋ ਲੌਂਗ ਵਾਲ ਕੇ ਸਾਰਾ ਆਯੁਰਵੈਦਕ ਹੀ ਆ ਹਰ ਬਿਮਾਰੀ ਨਾਲ ਲੜਨ ਦੀ ਸਮਰੱਥਾ ਰੱਖਦਾ ਹੈ ਆਯੁਰਵੈਦਿਕ ਪਰ ਆਯੁਰਵੈਦਿਕ ਦਾ ਜਿਹੜਾ ਉਪਜਾਰ ਕਰ ਰਿਹਾ ਹੈ ਵੈਦ ਹੈ ਉਹ ਕਿੰਨੀ ਨੌਲੇਜ ਰੱਖਦਾ ਹੈ ਅਸੀਂ ਕਿਤੇ ਵੈਸੇ ਹੀ ਤਾਂ ਨਹੀਂ ਅੱਖਾਂ 'ਚ ਡਾਂਗਾ ਮਾਰੀ ਜਾਂਦੇ ਵੀ ਐਵੇਂ ਅਸੀਂ ਜਿਹੜੇ ਬੋਰਡ ਲਾਇਆ ਵੇਖ ਲਿਆ ਉਹਦੇ ਕੋਲੇ ਵਾਗਿਆ ਹਾਂ ਵੀ ਇਹਦਾ ਵੀ ਬੋਰਡ ਲੱਗਾ ਵੇਖ ਲਓ ਉਹਨੂੰ ਪਹਿਲਾਂ ਸਾਰਿਆਂ ਤੇ ਪੁੱਛੋ ਵੀ ਜਿਹੜੇ ਸਾਨੂੰ ਵੈਦ ਦੇ ਕੋਲੇ ਜਾਓ ਉਹਨੂੰ ਨਵਜ ਵਿਖਾਓ ਜਿੰਨੀਆਂ ਸਾਨੂੰ ਪ੍ਰੋਬਲਮਾਂ ਨੇ ਉਹਨਾਂ ਦੇ ਵਿੱਚੋਂ 20% ਦਾ 30% ਉਹ ਸਾਨੂੰ ਦੱਸ ਰਿਹਾ ਹੈਗਾ ਕਿ ਨਹੀਂ ਦੱਸ ਰਿਹਾ ਕਿ ਸਾਡੇ ਸਰੀਰ ਦੇ ਵਿੱਚ ਕਿਸ ਚੀਜ਼ ਦੀ ਕਮੀ ਆ ਕਿਸ ਚੀਜ਼ ਦੀ ਘਾਟ ਆ ਜੋ ਸਾਨੂੰ ਕੀ ਪ੍ਰੋਬਲਮ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੀ ਹੈ ਕੀ ਉਹ ਨਵਜ ਫੜ ਕੇ ਦੱਸ ਸਕਦਾ ਵਾ ਜੇ ਨਹੀਂ ਦੱਸ ਸਕਦਾ ਤਾਂ ਵੈਦ ਨਹੀਂ ਮੰਨਿਆ ਜਾ ਸਕਦਾ ਦੇਖੋ ਮੈਂ ਤਾਂ ਇੱਕੋ ਗੱਲ ਕਰਦਾ ਹਾਂ ਨਾ ਵੀ ਤੁਸੀਂ ਜਿੱਥੇ ਵੀ ਜਾ ਰਹੇ ਹੋ ਜਿੱਥੇ ਉਹ ਵੀ ਟ੍ਰੀਟਮੈਂਟ ਕਰਾ ਰਹੇ ਹੋ ਪਹਿਲਾਂ ਪੂਨਸ਼ਾਲ ਕਰ ਲਵੋ ਅੱਜ ਹੁਣ ਬਾਹਰੋਂ ਵੀ ਬਹੁਤ ਸਾਰੀਆਂ ਕਾਲਾਂ ਆਉਂਦੀਆਂ ਨੇ ਨੌਜਵਾਨਾਂ ਦੀਆਂ ਕਾਲਾਂ ਆਉਂਦੀਆਂ ਨੇ ਖਾਸ ਕਰਕੇ ਭੈਣਾਂ ਦੀਆਂ ਕਾਲਾਂ ਬਹੁਤ ਆਉਂਦੀਆਂ ਨੇ ਸਰ ਆਹ ਚੀਜ਼ ਚਾਹੀਦੀ ਐ ਵੈਜੀ ਆਹ ਚੀਜ਼ ਚਾਹੀਦੀ ਐ ਮੈਂ ਕਹਣਾ ਨਾ ਮਗਾ ਲਓ ਪਰ ਪ੍ਰੋਪਰ ਉਹਦੇ ਨਾਲ ਆਵਾਜ਼ ਦੀ ਸਾਜ ਕਰੋ ਵੀ ਯਾਰ ਅਸੀਂ ਇਸ ਬੰਦੇ ਨੂੰ ਆਹ ਚੀਜ਼ ਦੇਣੀ ਚਾਹੁੰਦੇ ਆ ਉਦੀ ਆਵਾਜ਼ ਦੇ ਵਿੱਚ ਆਹ ਚੀਜ਼ ਹੈ ਉਦੀ ਜੀਬ ਇਦਾਂ ਦੀ ਆ ਉਹਦੇ ਚਿਹਰੇ ਮੋਰੇ ਦਾ ਰੰਗ ਇਦਾਂ ਦਾ ਹੈ ਜੇ ਉਹ ਚਿਹਰੇ ਮੋਰੇ ਨੂੰ ਵੇਖ ਕੇ ਜਾਂ ਜੀਬ ਨੂੰ ਵੇਖ ਕੇ ਦੱਸਦਾ ਹੈਗਾ ਕਿ ਇਹਨੂੰ ਆਹ ਬਿਮਾਰੀ ਹੋ ਸਕਦੀ ਹੈ ਫਿਰ ਟ੍ਰੀਟਮੈਂਟ ਕਰਾ ਲਓ ਕੋਈ ਇਤਰਾਜ ਨਹੀਂ ਹੈਗਾ ਹਾਂ ਜਿੰਨੇ ਵੈਦ ਬੈਠੇ ਉਹਨਾਂ ਨੂੰ ਵੀ ਰਿਕੁਐਸਟ ਹੈ ਕਿ ਕਿਸੇ ਨੂੰ ਦੋ ਤਿੰਨ ਪੈਥੀਆਂ ਮਿਕਸ ਕਰਕੇ ਨਾ ਦਿਓ ਵਿੱਚ ਆਯੁਰਵੈਦ ਦੇ ਦਿਓ ਵਿੱਚ ਯੈਲੋ ਪੈਥੀ ਦੇ ਦਿਓ ਵਿੱਚ ਹੋਮੋਪੈਥੀ ਜਿੱਤੇ ਵੀ ਉਪਚਾਰ ਕਰ ਰਹੇ ਹੋ ਇੱਕ ਚੀਜ਼ ਦੇ ਉੱਤੇ ਕਰੋ ਜਿਹੜਾ ਵੀ ਕਰ ਰਹੇ ਹੋ ਜੇ ਆਯੁਰਵੈਦ ਕਰ ਰਹੇ ਹੋ ਤਾਂ ਆਯੁਰਵੈਦ ਕੀ ਕਰੋ ਜੈਰਨੋਪੈਥੀ ਕਰ ਰਹੇ ਹੋ ਐਲੋਪੈਥੀ ਕਰੋ ਜੇ ਹੋਮੋਪੈਥੀ ਕਰ ਰਹੇ ਹੋ ਉਹਤੀ ਕਰੋ ਜਿਹੜੀ ਚੀਜ਼ ਨੂੰ ਵੀ ਤੁਸੀਂ ਮੰਨਦੇ ਹੋ ਜਾਂ ਜਿਹੜੀ ਚੀਜ਼ ਦੇ ਵਿੱਚ ਵੀ ਤੁਸੀਂ ਭਰੋਸਾ ਰੱਖਦੇ ਹੋ ਕਿ ਇਸ ਚੀਜ਼ ਦੇ ਨਾਲ ਮੈਂ ਇਸ ਬਿਮਾਰੀ ਨੂੰ ਇਸ ਮਰਜ ਨੂੰ ਖਤਮ ਕਰ ਸਕਦਾ ਹਾਂ ਉਹਦੇ ਉੱਤੇ ਵਿਸ਼ਵਾਸ ਬਣਾ ਲਓ ਦ੍ਰਿੜ ਵਿਸ਼ਵਾਸ ਬਣਾ ਲਓ ਕਿ ਇਹਦੇ ਨਾਲੇ ਮਰਜਾ ਜਿਹੜੀ ਇਹ ਬਿਮਾਰੀ ਹੈ ਠੀਕ ਹੋ ਸਕਦੀ ਹੈ ਜਿਵੇਂ ਤੁਸੀਂ ਦੱਸਿਆ ਮੈਨੂੰ ਲੱਗਦਾ ਹੈ ਕਿ ਕੁਝ ਲੋਕਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਅਸੀਂ ਚੈੱਕ ਕਿਵੇਂ ਕਰਨਾ ਹੈ ਕਿ ਇਹ ਸਹੀ ਵੈਦ ਹੈ ਜਾਂ ਨਹੀਂ ਜਿਵੇਂ ਹੁਣ ਤੁਸੀਂ ਕਾਫੀ ਦੋ ਤਿੰਨ ਸਾੜੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਕਿ ਅਗਰ ਉਹ ਤੁਹਾਡੀ ਨਬਜ ਫੜ ਕੇ ਦੱਸ ਸਕਦੇ ਨੇ ਕਿ ਤੁਹਾਨੂੰ ਕਿਹੜੇ ਰੋਗ ਨੇ ਜਾਂ ਫਿਰ ਹੋ ਸਕਦੇ ਨੇ ਜਾਂ ਫਿਰ ਹੋਣ ਵਾਲੇ ਨੇ ਤਾਂ ਉਹ ਸਹੀ ਵੈਦ ਹੈ ਸੋ ਇਹ ਚੀਜ਼ ਜਾਣ ਕੇ ਮੈਂ ਵੀ ਹੈਰਾਨ ਹੋਈ ਕਿ ਇਹ ਟੈਕਟ ਹੁੰਦੇ ਨੇ ਜਾਣਣ ਦੇ ਕਿ ਜਿਹੜੇ ਵੈਦ ਦੇ ਨਾਲ ਅਸੀਂ ਕੰਟੈਕਟ ਕਰ ਰਹੇ ਹਾਂ ਉਹ ਸਹੀ ਹੈ ਵੀ ਹੈ ਜਾਂ ਨਹੀਂ ਸੋ ਅਗਲਾ ਸਵਾਲ ਵੈਦ ਜੀ ਮੇਰਾ ਤੁਹਾਡੇ ਕੋਲੋਂ ਇਹ ਹੈ ਕਿ ਅੱਜਕੱਲ ਹਰ ਕੋਈ ਮੋਟਾਪੇ ਤੋਂ ਪਰੇਸ਼ਾਨ ਹੈ ਇਹਦਾ ਰੀਜ਼ਨ ਤਾਂ ਦੇਖੋ ਇਹ ਹੀ ਹੈ ਕਿ ਲਾਈਫ ਸਟਾਈਲ ਅੱਜਕੱਲ ਲੋਕਾਂ ਦਾ ਬਹੁਤ ਚੇਂਜ ਹੋ ਗਿਆ ਲੋਕੀ ਵਰਜਿਸ਼ ਨਹੀਂ ਕਰਦੇ ਤੇ ਹਾ ਸਾਰਾ ਟਾਈਮ ਆਪਾਂ ਇਹ ਕਹਿ ਸਕਦੇ ਆ ਕਿ 8 ਜਾਂ 9 ਘੰਟੇ ਲੋਕੀ ਬੈਠ ਕੇ ਕੰਮ ਕਰਦੇ ਨੇ ਲਾਈਫ ਸਟਾਈਲ ਵੀ ਚੇਂਜ ਹੋ ਗਿਆ ਫੂਡ ਹੈਬਿਟਸ ਵੀ ਚੇਂਜ ਹੋ ਗਈਆਂ ਵਰਜਿਸ਼ ਵੀ ਨਹੀਂ ਕਰਦੇ ਤੇ ਇਸ ਤੋਂ ਬਿਨਾ ਮੈਂ ਐਸੇ ਬਹੁਤ ਵੀ ਲੋਕ ਦੇਖੇ ਨੇ ਕਿ ਜਿਨ੍ਹਾਂ ਤੋਂ ਆਪਣਾ ਭਾਰ ਸੰਭਲਿਆ ਵੀ ਨਹੀਂ ਜਾਂਦਾ ਤੇ ਉਹ ਲੋਕ ਡਾਈਟ ਵੀ ਬਹੁਤ ਕਰਦੇ ਆ ਉਹ ਵਰਜਿਸ਼ ਵੀ ਕਰਦੇ ਆ ਪਰ ਉਹਨਾਂ ਦਾ ਵਜ਼ਨ ਨਹੀਂ ਘਟਦਾ ਤਾਂ ਇਹ ਜਿਹੜੀ ਦਿੱਕਤ ਹੁੰਦੀ ਹੈ ਇਹਨੂੰ ਆਪਾਂ ਆਯੁਰਵੈਦਿਕ ਤਰੀਕੇ ਦੇ ਨਾਲ ਕਿਵੇਂ ਸਹੀ ਕਰ ਸਕਦੇ ਆ ਦੇਖੋ ਬੇਟਾ ਮੈਂ ਤੁਹਾਨੂੰ ਫੇਰ ਪਹਿਲਾਂ ਪਹਿਲੀ ਤਰ੍ਹਾਂ ਕਹਿਣਾ ਵਾ ਵੀ ਆਯੁਰਵੈਦ ਦੇ ਵਿੱਚ ਹਰ ਬਿਮਾਰੀ ਦਾ ਇਲਾਜ ਹੈਗਾ ਵਾ ਹੁਣ ਜੇ ਤੁਸੀਂ ਮਟਾਪੇ ਦੀ ਗੱਲ ਕਰਦੇ ਆ ਮਟਾਪਾ ਕੋਈ ਇੱਕ ਰੀਜ਼ਨ ਕਰਕੇ ਸਾਡੇ ਖਾਣ-ਪੀਣ ਕਰਕੇ ਨਹੀਂ ਹੁੰਦਾ ਹੋ ਸਕਦਾ ਮਟਾਪਾ ਸਾਡੇ ਜਿਹੜਾ ਥਾਇਰੋਇਡ ਕਾਰਨ ਹੋਇਆ ਹੋਵੇ ਹੋ ਸਕਦਾ ਮਟਾਪਾ ਜਿਹੜਾ ਉਹ ਸਾਡੇ ਅਸੀਂ ਫਾਸਟ ਫੂਡ ਜਿਆਦਾ ਲੈਣ ਲੱਗ ਗਏ 버ਗਰ ਵਗੈਰਾ ਕਈ ਬੰਦਿਆਂ ਨੂੰ ਜੇ ਉਹ ਡਰਿੰਕ ਵਗੈਰਾ ਕਰਦੇ ਆ ਤੇ ਉਹਦੇ ਨਾਲ ਮਟਾਪਾ ਆਉਣਾ ਬਹੁਤ ਜਲਦੀ ਸ਼ੁਰੂ ਹੋ ਜਾਂਦਾ ਹੈ ਕਈ ਲੇਡੀ ਦੇ ਵਿੱਚ ਕੀ ਹੁੰਦਾ ਕਿ ਅਸੀਂ ਕਹਿੰਦੇ ਆ ਜੀ ਬੱਚਿਆਂ ਤੋਂ ਪਹਿਲਾਂ ਬਹੁਤ ਪਤਲੇ ਸੀਗੇ ਜਦੋਂ ਬੱਚੇ ਹੋ ਗਏ ਉਸ ਤੋਂ ਬਾਅਦ ਵਿੱਚ ਬਹੁਤ ਮਟਾਪਾ ਹੋਣਾ ਸ਼ੁਰੂ ਹੋ ਗਿਆ ਉਹਦਾ ਰੀਜਨ ਹੋ ਸਕਦਾ ਕਿ ਉਹਨਾਂ ਦੇ ਗਲੂਕੋਜ਼ ਦੀ ਮਾਤਰਾ ਬਹੁਤ ਜ਼ਿਆਦਾ ਲੱਗੀ ਜਾਂ ਉਸ ਤੋਂ ਬਾਅਦ ਦੇ ਵਿੱਚ ਲੇਡੀ ਚ ਸਮਾ ਬੰਦ ਹੋ ਗਿਆ ਔਰ ਉਹਦੇ ਨਾਲ ਕਈ ਬੀਬੀਆਂ ਦੇ ਸਿਰ ਨੂੰ ਚੱਕਰ ਆਉਣੇ ਤੁਹਾਨੂੰ ਖੱਚ ਪੈਣੀ ਘਬਰਾਟ ਹੋਣੀ ਔਰ ਮੋਟਾਪਾ ਅਟੇ ਟਾਈਮ ਪਾਣੀ ਪੀ ਲਿਆ ਤੁਹਾਨੂੰ ਤਾਂ ਵੀ 2 ਕਿਲੋ weight ਵਧ ਗਿਆ ਰੋਟੀ ਖਾਂਦਾ ਤਾਂ ਛੱਡੋ ਕੇ ਵੀਰਾ ਪਾਣੀ ਪੀਣ ਦੇ ਨਾਲ ਵੀ ਮੋਟਾਪਾ ਵਧਣ ਲੱਗ ਪੈਂਦਾ ਹੈ ਉਹਦਾ ਰੀਜਨ ਵੇਖਣਾ ਪੈਂਦਾ ਹੈ ਕਿ ਮੋਟਾਪਾ ਹੋ ਕਿਉਂ ਰਿਹਾ ਔਰ ਜੇ ਘਟ ਸਕਦਾ ਤੇ ਕਿਵੇਂ ਘਟੇਗਾ ਹੁਣ ਜੇ ਸਾਡੇ ਕੋਲ ਕੋਈ ਬੰਦਾ ਮੋਟਾਪੇ ਦੀ ਦਵਾਈ ਲੈ ਕੇ ਜਾਂਦਾ ਅਸੀਂ ਭੇਜ ਵੀ ਦਿੰਦੇ ਆ ਅਸੀਂ ਨੂੰ ਕੋਈ ਗੱਲ ਪਰ ਜੇ ਉਹ ਸਾਡੇ ਦੱਸੇ ਦੇ ਮੁਤਾਬਕ ਦਵਾਈ ਖਾਂਦਾ ਅਸੀਂ ਇਹਨਾਂ ਨੂੰ ਲਿਖ ਕੇ ਗਰੰਟੀ ਦੇ ਦਿੰਨੇ ਵੀ ਇੰਨੇ ਚਿਰ ਦੇ ਵਿੱਚ ਇੰਨਾ ਤੋੜਾ weight ਹੈ ਜਿਹੜਾ ਉਹ ਘਟੇਗਾ ਜੇਕਰ ਸਾਡੇ ਮੁਤਾਬਕ ਅੱਜ ਸਾਡੇ ਕੋਲ ਦਵਾਈ ਲੈ ਗਿਆ 4 ਦਿਨ ਦਵਾਈ ਖਾਤੀ 4 ਦਿਨਾਂ ਮਗਰੋਂ ਸਮੋਸੇ ਖਾ ਲੇ ਜਿਹੜੀ ਦਵਾਈ ਨੇ ਵਰਕ ਕਰਨਾ ਸੀ ਉਹ ਖਤਮ ਹੋ ਗਿਆ 4 ਦਿਨਾਂ ਮਗਰੋਂ ਆਈਸਕ੍ਰੀਮ ਖਾ ਲਈ ਜਿਹੜਾ ਦਵਾਈ ਨੇ ਵਰਕ ਕਰਨਾ ਹੀ ਖਤਮ ਹੋ ਗਿਆ ਦੇਖੋ ਹੁਣ ਬੇਟੇ ਜੇ ਜੂਸ ਪੀਨੇ ਆ ਤੇ ਉਹਨੂੰ 3 ਘੰਟੇ ਲੱਗਦੇ ਸਾਡੇ ਸਰੀਰ ਨੂੰ ਪਹੁੰਚਾਉਣ ਵਾਸਤੇ ਜੇ ਫਰੂਟ ਲੈਨੇ ਆ ਤੇ 12 ਸੌਰੀ 6 ਘੰਟੇ ਲੱਗਦੇ ਆ ਜੇਕਰ ਅਸੀਂ ਕੋਈ ਅੰਨ ਖਾਨੇ ਆ ਸਬਜ਼ੀ ਕਰੋ ਚੌਲ ਖਾਨੇ ਆ ਕਣਕ ਖਾਨੇ ਆ ਕੁਝ ਵੀ ਖਾਨੇ ਵਾਟੇਵਰ ਉਹਨੂੰ 18 ਘੰਟੇ ਲੱਗਦੇ ਆ ਜੇਕਰ ਅਸੀਂ ਮੀਟ ਅੰਡੇ ਸ਼ਰਾਬ ਦਾ ਸੇਵਨ ਕਰਦੇ ਆ ਤੇ 72 ਘੰਟੇ ਲੱਗਦੇ ਆ ਉਹਨੂੰ ਸਾਡੇ ਸਰੀਰ ਨੂੰ ਅਕਸੈਪਟ ਕਰਨ ਵਾਸਤੇ ਪਹੁੰਚਾਉਣ ਵਾਸਤੇ ਹੁਣ ਸਾਡਾ ਮੋਟਾਪਾ ਵਧ ਕਾ ਦੇ ਨਾ ਰਿਹਾ ਸਾਨੂੰ ਪਤਾ ਹੀ ਨਹੀਂ ਅਸੀਂ ਕਹਿੰਨੇ ਜੀ ਅਸੀਂ ਤਾਂ ਸਵੇਰੇ ਭੱਜਣ ਵੀ ਜਾਂਦੇ ਆ ਅਸੀਂ ਸਵੇਰੇ ਭੱਜਣਗੇ ਸ਼ਾਮ ਨੂੰ 버ਗਰ ਖਾ ਲਿਆ ਬੁੜੀ ਮਾਰਕੀਟ ਕੁੜੀ ਜੰਪੀ ਟੱਪਾ ਰੋਡੇ ਦਾ ਓਟਾ ਠੀਕ ਹੈ ਨਾ ਜੇ ਹੁਣ ਆਪਾਂ ਇਸ ਗੱਲ ਨੂੰ ਲੈ ਕੇ ਚੱਲਦੇ ਹਾਂ ਕਿ ਮੋਟਾਪਾ ਘਟੂ ਕਿਵੇਂ ਉਹਦੇ ਨਾਲ ਸਾਨੂੰ ਦਵਾਈ ਦੀ ਲੋੜ ਤਾਂ ਹੈ ਹੀ ਉਹਦੇ ਨਾਲ ਸਾਨੂੰ ਭਰੇ ਦੀ ਵੀ ਜ਼ਰੂਰਤ ਹੈ ਜੇਕਰ ਤੁਸੀਂ ਦਵਾਈ ਵੀ ਖਾ ਰਹੇ ਹੋ ਸਪੋਜ਼ ਕਰੋ ਹੁਣ ਸ਼ੂਗਰ ਵਾਲੇ ਕਈ ਬੰਦੇ ਮੇਰੇ ਕੋਲੇ ਆਉਂਦੇ ਆ ਔਰ ਸ਼ੂਗਰ ਦੇ ਵਿੱਚ ਕੀ ਹੈ ਕਿ ਅਸੀਂ ਦਵਾਈ ਦੇ ਦਿੰਨੇ ਆ ਉਹ ਕਈ ਵਾਰ ਦਵਾਈ ਜਦੋਂ ਪਾਉਂਦੇ ਆ ਨਾ ਮੂੰਹ ਚ ਕਹਿੰਦੇ ਜੀ ਕੌੜੀ ਬਹੁਤ ਜ਼ਿਆਦੇ ਆ ਤੇ ਨਾਲ ਉਹ ਖੰਡ ਖਾ ਲੈਂਦੇ ਜਿੱਦਾਂ ਚੋਂ ਚਾ ਦਵਾਈ ਦਾ ਖਤਮ ਅਗਰ ਉਹ ਤਾਂ ਚੋਂ ਚਾ ਖੰਡ ਦਾ ਖਾ ਲਿਆ ਫਿਰ ਸ਼ੁਕਰ ਗਾ ਦਾ ਘਟਣਾ ਹੈ ਠੀਕ ਹੈ ਨਾ ਦੇਖੋ ਨਾਰਮਲ ਤਰੀਕੇ ਨਾਲ ਜਿਹੜੀ ਜ਼ਿੰਦਗੀ ਆ ਉਹ ਸਾਡੇ ਬਹੁਤ ਸਾਰੇ ਰੋਗ ਆ ਜਿਹੜੇ ਉਹ ਪੈਦਾ ਵੀ ਕਰਦੇ ਆ ਅਸੀਂ ਆਪ ਹੀ ਪੈਦਾ ਕਰਦੇ ਆ ਔਰ ਹਰ ਚੀਜ਼ ਨੂੰ ਆਪ ਹੀ ਅਸੀਂ ਨਾਰਮਲ ਕਰ ਸਕਦੇ ਆ ਠੀਕ ਕਰ ਸਕਦੇ ਆ ਸਾਨੂੰ ਕਿਸੇ ਡਾਕਟਰ ਦੀ ਵੈਦ ਦੀ ਲੋੜ ਨਹੀਂ ਹੈਗੀ ਅੱਜ ਕੱਲ ਨੌਜਵਾਨ ਪੀੜ੍ਹੀ ਚਲੋ ਛੱਡੋ ਨੌਜਵਾਨ ਵੀ ਨਹੀਂ ਅੱਜ ਕੱਲ੍ਹ ਜੇ ਦੇਖਿਆ ਜਾਵੇ ਤਾਂ ਹਰ ਕੋਈ ਨਸ਼ੇ ਦੀ ਲਤ ਲੱਗੀ ਹੋਈ ਹੈ ਤਾਂ ਇਸ ਨੂੰ ਕਿਵੇਂ ਆਪਾ ਆਯੁਰਵੈਦਿਕ ਦੇ ਨਾਲ ਸਹੀ ਕਰ ਸਕਦੇ ਹਾਂ ਕੰਟਰੋਲ ਕਰ ਸਕਦੇ ਹਾਂ ਕਿਉਂਕਿ ਲੋਕਾਂ ਦੇ ਨਾਲ ਮੈਂ ਬਹੁਤ ਲੋਕਾਂ ਨਾਲ ਗੱਲ ਕੀਤੀ ਆ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਵੀ ਤੁਸੀਂ ਨਸ਼ਾ ਕਿਉਂ ਕਰਦੇ ਹੋ ਉਹ ਕਹਿੰਦੇ ਸਾਨੂੰ ਤੋੜ ਲੱਗਦੀ ਹੈ ਜੇ ਅਸੀਂ ਨਹੀਂ ਲੈਂਦੇ ਤਾਂ ਫਿਰ ਸਾਨੂੰ ਕੁਝ-ਕੁਝ ਹੁੰਦਾ ਹੈ ਮਤਲਬ ਸਾਡੇ ਸਰੀਰ ਦੇ ਵਿੱਚ ਕਹਿ ਲੋ ਵੀ ਕੰਪਨੀ ਦੀ ਛੜਨੀ ਸ਼ੁਰੂ ਹੋ ਜਾਂਦੀ ਹੈ ਤੇ ਸਾਨੂੰ ਕਾਲਪੈਣੀ ਸ਼ੁਰੂ ਹੋ ਜਾਂਦੀ ਹੈ ਇਹਨੂੰ ਆਪਾਂ ਕਿਵੇਂ ਸਹੀ ਕਰ ਸਕਦੇ ਹਾਂ ਦੇਖੋ ਜਿਹੜੀ ਨਸ਼ੇ ਦੀ ਗੱਲ ਆ ਨਾ ਨਸ਼ਾ ਇੱਕ ਤਰ੍ਹਾਂ ਦਾ ਨਹੀਂ ਹੈਗਾ ਸਾਰਿਆਂ ਤੋਂ ਪਹਿਲਾਂ ਜੋ ਪੁਰਾਣੇ ਬਜ਼ੁਰਗ ਸੀਗੇ ਉਹ ਅਫੀਮ ਖਾਂਦੇ ਸੀ ਫਿਰ ਪੋਸਟ ਚੱਲ ਪਿਆ ਪੋਸਟ ਬਾਅਦ ਚ ਮੈਡੀਕਲ ਨਸ਼ੇ ਚੱਲ ਪਏ ਗੋਲੀਆਂ ਹੋ ਗਈਆਂ ਅ ਸ਼ੀਸ਼ੀ ਹੋ ਗਈ ਹੁਣ ਕਈ ਨਸ਼ੇ ਤਾਂ ਇਦਾਂ ਦੇ ਜਾਂਦੇ ਸਾਡੇ ਕੋਲ ਛੱਡ ਜਾਂਦੇ ਪਰ ਅਸੀਂ ਵੇਖੇ ਵੀ ਨਹੀਂ ਹੁੰਦੇ ਮੇਰੇ ਖਿਆਲ ਚ ਮੈਂ 34 35000 ਬੰਦੇ ਦਾ ਨਸ਼ਾ ਛਡਾਇਆ ਆ ਪਰ ਅੱਜ ਤੈ ਮੈਂ ਚਿੱਟਾ ਦੇਖਿਆ ਹੀ ਨਹੀਂ ਮੈਂ ਹੁਣ ਖੁਦ ਨਹੀਂ ਦੇਖਿਆ ਚਿੱਟਾ ਹੁੰਦਾ ਕਿੱਦਾਂ ਦਾ ਉਹ ਕੀ ਬਲਾ ਹੈਗੀ ਜਿਹੜੀ ਕਿ ਲੋਕ ਇੰਨੇ ਪਰੇਸ਼ਾਨ ਹੋ ਰਿਹਾ ਔਰ ਇਸ ਚਿੱਟੇ ਨੇ ਜਾਂ ਸਮੈਕ ਨੇ ਇੰਨੇ ਇੱਕ ਘਰ ਖਤਮ ਕਰ ਦਿੱਤੇ ਸਾਡੇ ਪੰਜਾਬ ਦੇ ਇੰਨੀ ਇੱਕ ਨੌਜਵਾਨੀ ਖਤਮ ਕਰ ਦਿੱਤੀ ਮੈਂ ਤਾਂ ਨਾ ਧੰਨਵਾਦ ਹੋਇਆ ਜਿਹੜਾ ਅੰਦੋਲਨ ਚੱਲ ਪਿਆ ਦਿੱਲੀ ਦੇ ਵਿੱਚ ਉਹਦੇ ਨਾਲ ਬਹੁਤ ਸਾਰੇ ਨੌਜਵਾਨਾ ਜਿਹੜੇ ਜਾਗਰੂਤੀ ਵਾਲੇ ਪਾਸੇ ਚੱਲੇ ਆ ਹਾਂ ਜਿਹੜੀ ਗੱਲ ਤੁਸੀਂ ਕਰਦੇ ਆ ਵੀ ਕੀ ਉਹ ਹਟ ਸਕਦੇ ਆ ਗਰੰਟੀ ਹੈ ਜੀ ਲਿਖ ਕੇ ਦੇ ਦੇਾਂਗੇ ਜਿਹੜਾ ਬੰਦਾ ਇਹ ਇੱਥੇ ਹੁਣ ਮੇਰੇ ਕੋਲ ਆ ਕੱਲ ਦੀ ਕਾਪੀ ਪਈ ਆ ਕਈ ਬੰਦੇ ਇਦਾਂ ਦੇ ਜਿਹੜੇ ਕੱਲ੍ਹ ਤੇ ਮੇਰੇ ਕੇਸ ਇਦਾਂ ਦੇ ਹੋਏ ਆ ਜਿਹੜੇ ਕਿ ਆ ਦੇਖੋ ਆ ਤੁਹਾਡੇ ਸਾਹਮਣੇ ਆ ਨਵਦੀਪ ਸਿੰਘ 1 ਗ੍ਰਾਮ ਚਟਾ ਪੀ ਰਿਹਾ ਉਹ ਅੱਛਾ ਔਰ ਜਦੋਂ ਉਹਨੂੰ ਟ੍ਰੀਟਮੈਂਟ ਇਹ ਸ਼ੁਰੂ ਕੀਤਾ ਆ ਦਾ ਸਪਲੀਮੈਂਟ ਤਿਆਰ ਸ਼ੁਰੂਆਤ ਕੀਤਾ ਕਿਉਂਕਿ ਸਪਲੀਮੈਂਟ ਸਾਡੇ ਕੋਲੇ ਇਦਾਂ ਨਹੀਂ ਹੈਗਾ ਵੀ ਜੇ ਤੁਸੀਂ ਨਸ਼ਾ ਛੱਡਤਾ ਤੇ ਸਪਲੀਮੈਂਟ ਤੇ ਲੱਗੇ ਜਾਂ ਸਾਡੇ ਕੋਲੇ ਦੂਸਰੇ ਨਸ਼ਾ ਨੂੰ ਛੱਡਤਾ ਸਾਡੇ ਕੋਲੇ ਗੋਲੀ ਤੇ ਲੱਗੇ ਇਦਾਂ ਦਾ ਕੁਝ ਨਹੀਂ ਹੈਗਾ ਸਾਰੇ ਤੋਂ ਪਹਿਲਾਂ ਤਾਂ ਅਸੀਂ ਕਾਨਫਰੰਸ ਕਰਦੇ ਆ ਅਗਲੇ ਦੇ ਨਾਲ ਵੀ ਕੀ ਉਹ ਛੱਡਣਾ ਚਾਹੁੰਦਾ ਵਾ ਜੇ ਹੁਣ ਦਿਮਾਗ ਤੋਂ ਜਾਂ ਮਨ ਤੋਂ ਛੱਡਣਾ ਹੀ ਨਹੀਂ ਚਾਹੁੰਦਾ ਫਿਰ ਆਪਾਂ ਤਾਂ ਕੀ ਹੱਲ ਕਰ ਸਕਦੇ ਜੇ ਕੋਈ ਬੰਦਾ ਛੱਡਣਾ ਚਾਹੁੰਦਾ ਹੈ ਗਰੰਟੀ ਕਰਦਾ ਵੀ ਮੈਂ ਬਾਈ ਛੱਡਣਾ ਹੀ ਚਾਹਣਾ ਵਾ ਵੈਜੀ ਛੱਡਣਾ ਹੀ ਚਾਹਣਾ ਵਾ ਅਸੀਂ ਗਰੰਟੀ ਨਾਲ ਲੈ ਕੇ ਦੇ ਦਿੰਨੇ ਕਿ ਤੈਨੂੰ ਜਿਸ ਦਿਨ ਅਸੀਂ ਦਵਾਈ ਸ਼ੁਰੂ ਕਰ ਦਿੱਤੀ ਜਿਸ ਦਿਨ ਮੈਡੀਸਨ ਅਸੀਂ ਸ਼ੁਰੂ ਕਰ ਦਿੱਤੀ ਫੂਡ ਸਪਲੀਮੈਂਟ ਸ਼ੁਰੂ ਕਰ ਦਿੱਤਾ ਕਿਉਂਕਿ ਜਿਹੜਾ ਫੂਡ ਸਪਲੀਮੈਂਟ ਹਨ ਉਹ ਸਾਡੇ ਸਰੀਰ ਨੂੰ ਜਾਨ ਦਿੰਦਾ ਹੈ ਤਾਕਤ ਲੈਂਦਾ ਆ। ਔਰ ਜੇ ਕੋਈ ਬੰਦਾ ਨਸ਼ਾ ਪੀਂਦਾ ਆ ਸਾਡੇ ਸਰੀਰ ਦੀ ਹਰ ਨਾੜੀ ਆ ਜਿਹੜੀ ਉਹ 12 mm ਦੀ ਆ। ਉਹ ਜਦੋਂ ਥੋੜਾ ਨਸ਼ਾ ਲੈਂਦਾ ਹੈ 12 ਤੋਂ ਫਿਰ ਉਹ 10 ਤੇ ਆ ਜਾਂਦੀ ਹੈ, 10 ਤੋਂ 8 ਤੇ ਆ ਜਾਂਦੀ ਹੈ, 8 ਤੋਂ 6 ਤੇ ਆ ਜਾਂਦੀ ਹੈ। ਜਦੋਂ 6 ਤੇ ਆ ਜਾਂਦੀ ਆ ਫਿਰ ਸਾਡੇ ਖੂਨ ਦਾ ਸਰਕਲ ਇੰਨਾ ਤੇਜ਼ ਹੋ ਜਾਂਦਾ ਜਿਵੇਂ ਪਿੰਡਾਂ ਵਾਲੇ ਆਪਾਂ ਕਹਿੰਦੀ ਆ ਆਪਾਂ ਵੱਟਾਂ ਖਾਲਿਆਂ ਵਾਲੇ ਬੰਦੇ ਆ ਵੀ ਜੇ ਖਾਲਾ ਚੌੜਾ ਹੈ ਤੇ ਪਾਣੀ ਹੌਲਾ ਹੌਲੀ ਜਾਂਦਾ ਹੈ ਜੇ ਖਾਲਾ ਭੀੜਾ ਹੈ ਤੇ ਪਾਣੀ ਤੇਜ਼ ਚੱਲਣ ਲੱਗ ਪੈਂਦਾ ਫਿਰ ਉਹ ਜਦੋਂ ਨਸ਼ਾ ਛੱਡਦੇ ਆ ਜਿਹੜੀ ਤੋੜ ਤਕਰੀਬ ਦੀ ਤੁਸੀਂ ਗੱਲ ਕੀਤੀ ਹੈ ਉਹ ਨਾਸਾ ਜਿਹੜੀ ਉਹ ਇੱਕੇ ਦਾਮ ਹੀ 12mm ਤੇ ਪਹੁੰਚ ਜਾਂਦੀ ਹੈ ਫਿਰ ਉਹ ਪਾਣੀ ਜਿਹੜਾ ਖੂਨ ਦਾ ਸਰਕਲ ਹੌਲੀ ਹੋ ਜਾਂਦਾ ਫਿਰ ਲੱਤਾਂ ਦੁਖਣੀਆਂ ਪਸੀਨਾ ਆਉਣਾ ਘਬਰਾਟ ਹੋਣੀ ਬੀਪੀ ਲੋਅ ਰਹਿਣ ਲੱਗ ਪੈਣਾ ਜਾਂ ਹਾਈ ਰਹਿਣ ਲੱਗ ਪੈਣਾ ਉਹਦਾ ਟ੍ਰੀਟਮੈਂਟ ਜੇ ਕੋਈ ਕਰਾਉਣਾ ਚਾਹੁੰਦਾ ਤੇ ਅਸੀਂ ਅਗਲੇ ਨੂੰ ਕਹਿੰਨੇ ਭਾਈ ਇਹ ਸਟਾਮ ਫੜ ਲਿਆ ਤੂੰ ਠੀਕ ਹੋ ਜਾਏਗਾ ਪਰ ਹੋਏਗਾ ਤਾਂ ਜੇ ਤੂੰ ਆਪਦੇ ਦਿਮਾਗ ਤੋਂ ਨਸ਼ਾ ਛੱਡਣਾ ਚਾਹਣਾ ਜੇ ਤੂੰ ਇਹ ਸੋਚਦਾ ਵੀ ਹਾਂ ਮੈਨੂੰ ਘਰਦਿਆਂ ਨੇ ਦਵਾਈ ਦਵਾਤੀ ਵੀ ਮੈਂ ਤਾਂ ਸ਼ਾਮ ਨੂੰ ਜਾ ਕੇ ਇਹਦੀਆਂ ਲਾਉਣਾ ਹੀ ਲਾਉਣਾ ਫੇਰ ਨਹੀਂ ਦਵਾਈ ਨੇ ਹੱਥ ਨਹੀਂ ਫੜਨਾ ਹਾਂ ਸਾਡੀ ਦਵਾਈ ਹੈ ਜਿਹੜੀ ਉਹ ਤੋੜ ਤਕਰੀਬ ਨਹੀਂ ਲੱਗਣ ਦੇਵੇਗੀ ਔਰ ਉਹਦੇ ਵਿੱਚ ਮੈਂ ਜਿਆ ਤੁਹਾਨੂੰ ਇਹ ਗੱਲ ਕਹਦੇ ਆ ਵੀ ਅਸੀਂ ਪਾਉਣੇ ਕੀ ਆ ਕਈ ਵਾਰ ਸਾਡੇ ਤੇ ਸਵਾਲ ਕਰ ਦਿੰਦੇ ਆ ਫਿਰ ਤੁਸੀਂ ਪਾਉਣੇ ਕੀ ਆ ਅਸੀਂ ਉਹਦੇ ਵਿੱਚ ਪਾਉਂਦੇ ਆ ਸੋਨਾ ਚਾਂਦੀ ਭਸਮ ਹੀਰਾ ਭਸਮ ਮੋਤੀ ਭਸਮ ਖੁਰਾਸਾਨੀ ਜੁਆਇਨ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਸਰੀਰ ਨੂੰ ਤਾਕਤ ਦਿੰਦੀਆਂ એનર્ਜੀ ਦਿੰਦੀਆਂ ਜੇਕਰ એનર્ਜੀ ਦੀ ਗੱਲ ਕਰਦੇ ਆ ਜੇ એનર્ਜੀ ਸਾਡੇ ਸਰੀਰ ਦੇ ਵਿੱਚ ਪੂਰੀ ਹੈਗੀ ਆ ਤਾਂ ਸਾਨੂੰ ਕਿਸੇ ਚੀਜ਼ ਦੀ ਘਾਟ ਮਹਿਸੂਸ ਹੀ ਨਹੀਂ ਹੋਣੀ ਕਈ ਵਾਰ ਆਸੀਂ ਕੀ ਕਰਦੇ ਆ ਕਿ ਇੱਕ ਪਾਸੇ ਤਾਂ ਅਸੀਂ ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕੀਤੀ ਆ ਵੀ ਨਸ਼ਾ ਛੱਡਣ ਵਾਲੀ ਸਾਡੇ ਕੋਲੋਂ ਦਵਾਈ ਲੈ ਗਿਆ ਔਰ ਸ਼ਾਮ ਨੂੰ ਜਾ ਕੇ ਉਹ ਨਦੀਆ ਲਾ ਲਿਆ ਸਾਡੀ ਦਵਾਈ ਨਸਰ ਹੀ ਨਹੀਂ ਕਰਨਾ ਘਰ ਦੇ ਵੀ ਕਹਿੰਦੇ ਆ ਜੀ ਇਹਨੂੰ ਆ ਕਰੋ ਘਿਓ ਚ ਦੁੱਧ ਪਾ ਕੇ ਦੇ ਦਿਓ ਦੁੱਧ ਚ ਘਿਓ ਪਾ ਕੇ ਦੇ ਦਿਓ ਉਹਨੂੰ ਆ ਕਰ ਦਿਓ ਕਿਸੇ ਚੀਜ਼ ਦੀ ਲੋੜ ਨਹੀਂ ਕੋਈ ਲੱਤਾਂ ਨਹੀਂ ਦੁਖਣੀਆਂ ਕੋਈ ਪੈਰ ਨਹੀਂ ਦੁਖੇਗਾ ਕੋਈ ਬੀਪੀ ਨਹੀਂ ਵਧੇਗਾ ਕੋਈ ਘਬਰਾਹਟ ਨਹੀਂ ਹੋਏਗੀ ਕੋਈ ਅੰਗ ਪੈਰ ਨਹੀਂ ਖੜੇਗਾ ਕੋਈ ਟੱਟੀਆਂ ਉਲਟੀਆਂ ਨਹੀਂ ਲੱਗਣਗੀਆਂ ਕਈ ਬੰਦੇ ਕਹਿੰਦੇ ਨਸ਼ਾ ਛੱਡ ਦਿਆ ਸਾਨੂੰ ਟੱਟੀਆਂ ਉਲਟੀਆਂ ਲੱਗ ਜਾਂਦੀਆਂ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਆਏ ਕਿ ਉਹਨੂੰ ਨੀਂਦ ਨਹੀਂ ਆਏਗੀ ਦੇਖੋ ਸਾਰਾ ਕੁਝ ਸਾਰਾ ਇਲਾਜ ਹੈਗਾ ਆ ਪਰ ਅਗਲਾ ਦਿਮਾਗ ਤੋਂ ਮਨ ਤੋਂ ਛੱਡਣਾ ਚਾਹੁੰਦਾ ਹੋਵੇ ਫਿਰ ਇਲਾਜ ਆ ਜੇ ਆਪਾਂ ਸੋਚੀਏ ਵੀ ਅਸੀਂ ਨਸ਼ਾ ਵੀ ਕਰਨਾ ਹੈਗਾ ਘਰ ਦੇ ਲਿਆਏ ਰਸਤੇਦਾਰ ਨੇ ਕਹਤਾ ਵੀ ਫਲਾਣੇ ਤੋਂ ਦਵਾਈ ਦਵਾ ਦਿਓ ਠੀਕ ਹੋ ਜਾਊਗਾ ਦਵਾਈ ਮੇਰੇ ਹੱਥ ਫੜ ਕੇ ਦਿਖਾਵੇ ਦਵਾਈ ਨੇ ਥੋੜਾ ਹੱਥ ਫੜਨਾ ਵੀ ਨਾ ਪੀ ਭਾਈ ਦਵਾਈ ਨੇ ਨਹੀਂ ਕਹਿਣਾ ਕਾਲਜੀ ਵੀ ਮੈਟਰ ਕਰਦੀ ਹੈ ਹਾਂਜੀ ਹਾਂਜੀ ਜਿੰਨਾ ਚਾ ਸਾਡਾ ਦਿਮਾਗ ਸੈੱਟ ਨਹੀਂ ਹੁੰਦਾ ਅਸੀਂ ਮਾਈਂਡ ਦੇ ਤੌਰ ਦੇ ਤੇ ਫਰੈਸ਼ ਨਹੀਂ ਹੁੰਦੇ ਹੁਣ ਇੱਥੇ ਇੱਕ ਕੇਸ ਆਇਆ ਮੇਰੇ ਕੋਲੇ ਅੱਜ ਤੋਂ 5-6 ਦਿਨ ਪਹਿਲਾਂ ਉਹ ਮੁੰਡਾ ਇੱਥੇ ਇੱਥੇ ਮੇਰੇ ਦਫ਼ਤਰ ਦੇ ਵਿੱਚ ਹੀ ਆਫਿਸ ਦੇ ਵਿੱਚ ਹੀ ਡੈਗੀ ਪਿਆ ਆ ਕੇ ਉਹਦੇ ਨਾਲ ਦੇ ਕਹਿੰਦੇ ਬਾਈ ਇਹ ਤਾਂ ਮਰਨਾ ਜਾਵੇ ਮੈਂ ਕਹਾਂ ਯਾਰ ਇਹਨੂੰ ਕੁਝ ਨਹੀਂ ਹੁੰਦਾ ਤੂੰ ਛੱਡ ਕੇ ਬੈਠ ਜਾਓ ਮੈਂ ਕਹਿੰਦੇ ਪੰਜਾ ਸੱਤ ਮਿੰਟ ਨੂੰ ਆਪੇ ਹੀ ਖੜੇ ਹੋ ਜਾਣਾ ਕੁਝ ਬੰਦਿਆਂ ਨੂੰ ਦਿਮਾਗ ਤੇ ਵੀ ਹੁੰਦਾ ਕੁਝ ਠੇਕਣ ਵੀ ਕਰਨ ਲੱਗ ਪੈਂਦੇ ਆ ਕੁਝ ਵੈਸੇ ਹੀ ਨਸ਼ਾ ਲੈਣ ਦੇ ਮਾਰੇ ਇੱਕ ਪਿੱਛੇ ਜੇ ਮੈਂ ਵੀਡੀਓ ਦੇਖੀ ਸੀਗੀ ਉਹ ਕਹਿੰਦਾ ਮੈਂ ਆਪਦੀ ਮੰਮੀ ਦੇ ਕਾਪਾ ਮਾਰਤਾ ਪੈਸੇ ਲੈਣ ਦੇ ਮਾਰੇ ਨੇ ਫਿਰ ਹੁਣ ਦੱਸੋ ਸਾਡੀ ਬਦਕਿਸਮਤੀ ਇਹ ਐ ਜਿਹੜੀ ਮਾਂ ਨੂੰ ਅਸੀਂ ਪੂਜਣਾ ਐ ਉਹਦੇ ਮਗਰ ਅਸੀਂ ਡਾਗ ਲੈ ਕਿਤੇਰੇ ਫਿਰ ਮੈਨੂੰ ਪੈਸੇ ਦੇ ਪੈਸੇ ਮਾਂ ਦਾ ਸ਼ੈਲਰ ਚੱਲਦਾ ਬਿਨਾਂ ਤੇ ਪੈਸੇ ਕਿੱਥੋਂ ਦੇ ਦੇਵੇ ਕੱਲ ਤਾਂ ਇਹ ਐ ਵੀ ਅਸੀਂ ਦਿਮਾਗ ਤੋਂ ਨਸ਼ਾ ਛੱਡਣਾ ਚਾਹੁੰਨੇ ਆ ਮੈਂ ਕਹਿੰਦਾ ਮੇਰੇ ਨਾਲ ਸੰਪਰਕ ਕਰ ਲਓ ਮੈਂ ਜ਼ਿੰਦਗੀ ਚ ਚੇਤੇ ਰੱਖ ਲੋ ਵੀ ਕਦੇ ਤੁਹਾਨੂੰ ਇਦਾਂ ਦੀ ਪ੍ਰੋਬਲਮ ਆ ਜੇ ਤਾਂ ਮੈਂ ਜ਼ਿੰਮੇਵਾਰ ਆ ਕੋਈ ਤੋੜ ਨਹੀਂ ਕੋਈ ਤਕਲੀਫ ਨਹੀਂ ਕੋਈ ਕੁਛ ਨਹੀਂ ਸਵੇਜੀ ਇਹ ਤਾਂ ਨਹੀਂ ਹੁੰਦਾ ਕਿ ਜਿੰਨਾ ਟਾਈਮ ਮੈਡੀਸਿਨ ਚੱਲ ਰਹੀ ਹੈ ਤਾਂ ਓਨਾ ਟਾਈਮ ਨਸ਼ਾ ਛੱਡਿਆ ਰਹਿੰਦਾ ਤੇ ਬਾਅਦ ਵਿੱਚ ਫੇਰ ਉਹੀ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਨਹੀਂ ਜੀ ਨਹੀਂ ਇਦਾਂ ਕੋਈ ਪ੍ਰੋਬਲਮ ਨਹੀਂ ਆਈ ਅੱਜ ਤੱਕ ਤਕਰੀਬਨ ਬਹੁਤ ਸਾਰੇ ਬੰਦੇ ਜਿਹੜੇ ਨਸ਼ਾ ਛੱਡ ਕੇ ਗਏ ਆ ਉਹਨਾਂ ਦੁਆਰਾ ਤਕਲੀਫ ਵੀ ਨਹੀਂ ਹੋਈ ਮੇਰੇ ਕੋਲ ਇੱਕ ਕੇਸ ਆਇਆ ਸੀ ਤਪੇ ਮੰਡੀ ਤੋਂ ਤਕਰੀਬਨ 4 ਬੋਤਲਾਂ ਸ਼ਰਾਬ ਪੀਂਦਾ ਸੀ ਉਹ ਡੇਲੀ ਦੀਆਂ 4 ਬੋਤਲਾਂ ਤੇ ਮੇਰੇ ਖਿਆਲ ਚ ਜਦੋਂ ਉਹਨੂੰ ਦਵਾਈ ਦਿੱਤੀ ਤੇ ਗੁਰੂ ਰਾਮਦਾਸ ਮਹਾਰਾਜ ਨੇ ਐਡੀ ਕਿਰਪਾ ਕੀਤੀ ਕਿ 15 ਦਿਨਾਂ ਬਾਅਦ ਜਾ ਕੇ ਉਹ ਅੰਮ੍ਰਿਤ ਛਕਿਆ ਮਹਾਰਾਜ ਨੇ ਕਿਰਪਾਈ ਕਰ ਦਿੱਤੀ ਠੀਕ ਆ ਨਾ ਦੇਖੋ ਆਪਾਂ ਇਹਨਾਂ ਗੱਲਾਂ ਦੇ ਵਿੱਚ ਸੀਗਾ ਜਿਹੜੀ ਸੁਣੀ ਸੁਣਾਈ ਗੱਲ ਆ ਉਹਦੇ ਉੱਤੇ ਬਲੀਵ ਨਹੀਂ ਕਰਨਾ ਚਾਹੀਦਾ ਮੈਂ ਕਹਿੰਨਾ ਤੁਸੀਂ ਸਟਾਮ ਲਿਓ ਲਿਖ ਕੇ ਦੇ ਦਿਆਂਗੇ ਇਹਦੇ ਉੱਤੇ ਹੋਰ ਗਰੰਟੀ ਕੋਈ ਨਹੀਂ ਹੈਗੀ ਵੈ ਜੀ ਹੋਰ ਕਿਹੜੀਆਂ ਕਿਹੜੀਆਂ ਬਿਮਾਰੀਆਂ ਨੇ ਜਿਨ੍ਹਾਂ ਨੂੰ ਆਪਾਂ ਆਯੁਰਵੈਦਿਕ ਤਰੀਕੇ ਦੇ ਨਾਲ ਸਹੀ ਕਰ ਸਕਦੇ ਆ ਬੇਟੇ ਜਿਵੇਂ ਅੱਜ ਰਵੇਖੇ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਾਰੀਆਂ ਬਿਵਾਰੀਆਂ ਦਾ ਇਲਾਜ ਹੈਗਾ ਜਿਵੇਂ ਹੁਣ ਕਿਸੇ ਨੂੰ ਥੈਰਨ ਹੋ ਜਾਂਦਾ ਉਹ ਕਹਿੰਦੇ ਜੀ ਸਾਰੀ ਉਮਰ ਤੁਹਾਨੂੰ ਗੋਲੀ ਲੱਗ ਜੈਣੀ ਹੈ 25 ਦੀ ਫਿਰ 50 ਦੀ ਫਿਰ 100 ਦੀ ਫਿਰ 150 ਦੀ ਮੈਂ ਕਹਿੰਦਾ ਤੁਸੀਂ 3 ਮਹੀਨੇ ਟਰੀਟਮੈਂਟ ਕਰਾ ਲਓ ਉਸ ਤੋਂ ਬਾਅਦ ਥੈਰ ਡਰੈਜ ਮੈਂ ਜ਼ਿੰਮੇਵਾਰ ਹਾਂ ਕਾਲਾ ਪੀਲਾ ਅੱਜ ਬਹੁਤ ਜ਼ਿਆਦਾ ਹੋ ਰਿਹਾ ਲੋਕਾਂ ਨੂੰ ਲੀਵਰ ਰੋਗ ਆ ਲੀਵਰ ਫੈਟੀ ਹੋਣਾ ਬਹੁਤ ਜ਼ਿਆਦਾ ਹੋ ਰਿਹਾ ਲੀਵਰ ਕਿਉਂਕਿ ਸਾਡੇ ਤਾਂ ਖਾਣਾ ਪੀਣ ਦੇ ਵਿੱਚ ਹੋ ਗਿਆ ਕੁਝ ਅਸੀਂ ਵੈਸੇ ਹੀ ਲੀਵਰ ਨੂੰ ਖਰਾਬ ਕਰੀ ਜਾਂਦੇ ਆ ਅੱਜ ਕੈਂਸਰ WHO ਨੇ ਇੱਕ ਅਲਟੀਮੇਟਮ ਦਿੱਤਾ ਉਹ ਕਹਿੰਦੇ 2025 ਦੇ ਵਿੱਚ ਤਾਂ ਹਰੇਕ ਘਰ ਦੇ ਵਿੱਚ ਕੈਂਸਰ ਹੋ ਜਾਣਾ ਪਰ ਮੈਂ ਕਹਿੰਦਾ ਤੁਸੀਂ ਆਦਰਵਾਦਕ ਨਾਲ ਜੁੜ ਜੋ ਕੈਂਸਰ ਕੀ ਭਿਆਨਕ ਤੋਂ ਭਿਆਨਕ ਰੋਗ ਠੀਕ ਹੋ ਸਕਦੇ ਆ ਔਰ ਦੂਸਰੀ ਗੱਲ ਅੱਜ ਕੱਲ ਬਵਾਸੀਰ ਬਹੁਤ ਜ਼ਿਆਦਾ ਹੋ ਰਹੀ ਹੈ ਬਵਾਸੀਰ ਦਾ ਵੀ ਘਰੇ ਬੈਠੇ ਇਲਾਜ ਕਰ ਸਕਦੇ ਆ ਕਿਤੇ ਭੱਜਣ ਦੀ ਲੋੜ ਨਹੀਂ ਹੈਗੀ ਕਬਜ ਦਾ ਇਲਾਜ ਤੁਸੀਂ ਘਰੇ ਬੈਠੇ ਕਰ ਸਕਦੇ ਆ ਅੱਜ ਬੀਬੀਆਂ ਦੇ ਵਿੱਚ ਬਹੁਤ ਸਾਰੀ ਪ੍ਰੋਬਲਮਾਂ ਲਕੋਰੀਏ ਦੀ ਔਰ ਸੌਲੀਆਂ ਦੀ ਇਹ ਘਰੇ ਬੈਠੇ ਠੀਕ ਕਰ ਸਕਦੇ ਜਿਹੜੇ ਇਹ ਪ੍ਰੋਬਲਮ ਆਇਆ ਕਿ ਬਾਲੀਆਂ ਵੱਡੀਆਂ ਨਹੀਂ ਹੈ ਬਿਗ ਡੀਲ ਨਹੀਂ ਹੈਗੀ ਪਰ ਸਾਨੂੰ ਆਦਰਵਾਦਕ ਦੇ ਨਾਲ ਜੁੜਨਾ ਪਊਗਾ ਕਿਸੇ ਸਿਆਣੇ ਜਾਂ ਵਧੀਆ ਸੋ ਚਜੇ ਢੰਗ ਨਾਲ ਕਰਨ ਵੈਦ ਕਾ ਵੈਦ ਦੇ ਨਾਲ ਪੁੱਛਣਾ ਪਊਗਾ ਜਾਂ ਉਹਦਾ ਇਲਾਜ ਕਰਨ ਵਾਲੇ ਵੈਦ ਨੂੰ ਮਿਲਣਾ ਪਊਗਾ ਫਿਰ ਅਸੀਂ ਇਲਾਜ ਕਰ ਸਕਦੇ ਹਾਂ ਹਾਂ ਜੇਕਰ ਅਸੀਂ ਇੱਕ ਰੋਗ ਹਟਾ ਕੇ ਤਿੰਨ ਰੋਗ ਹੋਰ ਪੈਦਾ ਕਰਨੇ ਆ ਫਿਰ ਅਸੀਂ ਆਪਦੀ ਮਰਜ਼ੀ ਨਾਲ ਜੋ ਮਰਜ਼ੀ ਖਾਈ ਜਾਓ ਜੋ ਮਰਜ਼ੀ ਪੀ ਜਾਓ ਉਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਦਾ ਇੱਕ ਪੀਰੀਅਡ ਬਣਾ ਕੇ ਚੱਲੋ ਕਿ ਅਸੀਂ ਸਵੇਰੇ ਉੱਠਦੇ ਹਾਂ ਤੇ ਕੀ ਕਰਨਾ ਹੈ ਕਿੰਨੀ ਚਾਹ ਪੀਣੀ ਹੈ ਕਿੰਨੀ ਕੌਫੀ ਪੀਣੀ ਹੈ ਕਿੰਨਾ ਅਸੀਂ ਪ੍ਰਸ਼ਾਦਾ ਛਕਣਾ ਹੈ ਜੇਕਰ ਸਾਡਾ ਉਹ ਖੂੜ ਚਾਟ ਨਹੀਂ ਹੈਗਾ ਤੇ ਸਾਨੂੰ ਬਿਮਾਰੀਆਂ ਨੇ ਘੇਰਨਾ ਹੀ ਘੇਰਨਾ ਹੈ ਜੇ ਉੱਠੇ ਵੀ 8 ਵਜੇ ਅਸੀਂ 8 ਵਜੇ ਉੱਠ ਕੇ ਦੋ ਤਿੰਨ ਪਰੌਠਿਆਂ ਨੂੰ ਮਤ ਦੇਤੀ ਫਿਰ ਉਤੋਂ ਦੀ ਦੋ ਤਿੰਨ ਕਪ ਚਾਹ ਦੇ ਪੀਲੇ ਦੇਖੋ ਜੀ ਅਸੀਂ ਬਿਮਾਰ ਹੋਣਾ ਹੀ ਹੋਣਾ ਠੀਕ ਹੈ ਅਸੀਂ ਤਾਂ ਕਹਿੰਦੇ 18 ਘੰਟਿਆਂ ਦਾ ਉਪਚਾਰ ਰੱਖੋ ਵਰਤ ਰੱਖੋ ਪਰ ਇਹ ਨਹੀਂ ਹੈਗਾ ਵੀ ਵਰਤ ਵੀ ਰੱਖ ਲਿਆ ਤੇ ਦੂੜ ਦਰਜਨ ਕੇਲਿਆਂ ਦੀ ਵੀ ਖਾ ਲਈ ਉਹਦਾ ਕੋਈ ਮਤਲਬ ਨਹੀਂ ਹੈਗਾ ਪਾਣੀ ਪੀਓ ਨਾਰੀਅਲ ਪਾਣੀ ਪੀਓ ਜਿੰਨਾ ਪਾਣੀ ਵੱਧ ਪੀਓਗੇ ਓਨੀ ਜਲਦੀ ਤੁਸੀਂ ਠੀਕ ਹੋ ਸਕਦੇ ਹੋ ਬਿਮਾਰੀਆਂ ਤੋਂ ਰਾਹਤ ਪਾ ਸਕਦੇ ਹੋ ਜਿਵੇਂ ਅੱਜਕੱਲ ਯੋਗਾ ਦੀਆਂ ਕਲਾਸਾਂ ਨੇ ਕਸਰਤ ਦੀਆਂ ਕਲਾਸਾਂ ਨੇ ਉਹਨੂੰ ਕਰੋ ਅਪਣਾਓ ਆਯੁਰਵੇਦ ਨੂੰ ਅਪਣਾਓ ਬਸ ਇਹੀ ਅਰਦਾਸ ਹੈ ਕਿ ਗੁਰੂ ਮਾਰਾ ਸਾਰਿਆਂ ਨੂੰ ਤੰਦਰੁਸਤੀ ਦੇਵੇ ਦੁਆ ਕਰਦੇ ਆ ਕਿ ਸਾਡੇ ਕੋਲੇ ਕਿਸੇ ਨੂੰ ਆਉਣ ਦੀ ਲੋੜ ਹੀ ਨਾ ਪਵੇ ਪ੍ਰਮਾਤਮਾ ਸਾਰਿਆਂ ਨੂੰ ਘਰੇ ਬੈਠੇ ਨੇ ਤੰਦਰੁਸਤੀ ਦੇ ਦੇਵੇ ਉਹਨਾਂ ਲਈ ਗੱਲਬਾਤ ਹੀ ਚੰਗੇ ਲੱਗੇ ਪਰ ਫਿਰ ਵੀ ਸਾਡੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਬਿਮਾਰੀਆਂ ਦੇ ਵਿੱਚ ਉਲਝੇ ਹੋਏ ਨੇ ਸੋ ਵੈਜੀ ਤੁਹਾਡੇ ਨਾਲ ਉਹ ਕਿਵੇਂ ਕੰਟੈਕਟ ਕਰ ਸਕਦੇ ਨੇ ਮੇਰਾ ਜਿਹੜਾ ਨੰਬਰ ਹੈ ਉਹ 985751009 ਹੈ ਮੋਗੇ ਦੇ ਵਿੱਚ ਆਪਣਾ ਹੈੱਡ ਆਫਿਸ ਆ ਜਦੋਂ ਮਰਜ਼ੀ ਮਿਲ ਸਕਦੇ ਆ ਔਰ ਜਿਨੇ ਵੀ ਮਿਲਣਾ ਹੈ ਪਲੀਜ਼ ਮੈਂ ਇੱਕੋ ਹੀ ਗੱਲ ਕਹਿਣਾ ਹਾਂ ਨਾ ਵੀ ਟਾਈਮ ਲੈ ਕੇ ਆਇਓ ਜੇ ਕਈ ਵਾਰ ਮੈਂ ਬਾਹਰ ਅੰਦਰ ਗਿਆ ਹੋਣਾ ਕਿ ਐਜ਼ ਢਾਡੀ ਵੀ ਆ ਮੈਂ ਨਾਲ ਔਰ ਕਈ ਵਾਰ ਮੈਂ ਪ੍ਰੋਗਰਾਮ ਤੇ ਆਗਲਾ ਦਵਾਈ ਲੈਣ ਆ ਜਾਵੇ ਫਿਰ ਉਹਦੇ ਵਿੱਚ ਮੁਸ਼ਕਲ ਹੋ ਜਾਂਦੀ ਹੈ ਸੋ ਕੋਈ ਗੱਲ ਨਹੀਂ ਮੈਂ ਤੇ ਕੋਈ ਅਰਦਾਸ ਕਰਦਾ ਜੇ ਕਿਸੇ ਨੇ ਘਰੇ ਬੈਠੇ ਨੂੰ ਦਵਾਈ ਮੈਥੋਂ ਸਪਲੀਮੈਂਟ ਮੰਗਾ ਘਰੇ ਵੀ ਭੇਜ ਦਿਨਾ ਹਣਾ ਕਈ ਬੰਦੇ ਇਸ ਤਰ੍ਹਾਂ ਦੇ ਹੁੰਦੇ ਉਹ ਕਹਿੰਦੇ ਜੀ ਘਰੇ ਪਹਿਲਾਂ ਦਵਾਈ ਭੇਜੋ ਫਿਰ ਪੈਸੇ ਭੇਜਾਂਗੇ ਮੈਂ ਕਹਿੰਦਾ ਨਾ ਤੁਸੀਂ ਦਵਾਈ ਖਾ ਲਓ ਠੀਕ ਹੋ ਜਾਓ ਮੈਨੂੰ ਪੈਸੇ ਆ ਜਾਣਗੇ ਕੋਈ ਚੱਕਰ ਨਹੀਂ ਹੈਗਾ ਪਰ ਬੈਨਾ ਠੀਕ ਹੋ ਜਾਓ ਤੁਸੀਂ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਦੇਵੇ ਔਰ ਇਹਦੇ ਨਾਲ ਨਾਲ ਕੀ ਹੈਗਾ ਕਿ ਅਸੀਂ ਦੁਨੀਆ ਦੇ ਵਿੱਚ ਵਿਛੜਦੇ ਆਂ ਹਰ ਚੀਜ਼ ਪੈਸਾ ਨਹੀਂ ਹੈਗਾ ਹਰ ਚੀਜ਼ ਪੈਸਾ ਨਹੀਂ ਹੈਗਾ ਹੋ ਸਕਦਾ ਹੈ ਕਿ ਪ੍ਰਮਾਤਮਾ ਨੇ ਮੇਰੀ ਡਿਊਟੀ ਲਈ ਹੋਵੇ ਕਿ ਮੈਥੋਂ ਹੀ ਥੋੜੀ-ਮੋਟੀ ਦਵਾਈ ਖਾ ਕੇ ਕਿਸੇ ਨੇ ਠੀਕ ਹੋਣਾ ਹੋਵੇ ਜਾਂ ਮੈਥੋਂ ਹੀ ਸਪਲੀਮੈਂਟ ਲੈ ਕੇ ਕਿਸੇ ਨੇ ਠੀਕ ਹੋਣਾ ਹੋਵੇ ਮੈਂ ਐਵੇਂ ਪੈਸੇ ਦੀ ਦੌੜ ਪਿੱਛੇ ਭੱਜਿਆ ਫਿਰਾਂ ਤੇ ਕੋਈ ਗੱਲ ਨਹੀਂ ਪ੍ਰਮਾਤਮਾ ਨੇ ਬੜਾ ਕੁਝ ਦਿੱਤਾ ਹੋਇਆ ਬੇਟੇ ਬਾਕੀ ਮੋਗੇ ਦੇ ਵਿੱਚ ਜੀਰਾ ਰੋਡ ਦੇ ਉੱਤੇ ਆਪਣਾ ਆਫਿਸ ਹੈ 9 ਵਜੇ ਦੇ ਤੋਂ 6 ਵਜੇ ਦੇ ਤੱਕ ਮਿਲਦਾ ਮੈਂ ਪਰ ਟਾਈਮ ਲੈ ਕੇ ਮਿਲੋ ਜੀ ਨੇ ਵੀ ਮਿਲਣਾ ਹੈ ਨੰਬਰ ਨੰਬਰ ਵੈਜ ਜੀ ਨੇ ਦੱਸਤਾ ਇੱਕ ਹੋਰ ਸਵਾਲ ਹੈ ਮੇਰਾ ਤੁਹਾਡੇ ਕੋਲੋਂ ਮੈਂ ਬੋਰਡ ਤੇ ਪੜਿਆ ਸੀਗਾ ਕਿ ਐਤਵਾਰ ਨੂੰ ਕਿਸੇ ਚੀਜ਼ ਦੀ ਫ੍ਰੀ ਤੁਸੀਂ ਦਵਾਈ ਦਿੰਦੇ ਹੋ ਕੋਈ ਸ਼ਾਇਦ ਕੈਂਪ ਲੱਗਦਾ ਮੈਨੂੰ ਉਹਦੇ ਬਾਰੇ ਥੋੜਾ ਦੱਸੋ ਐਤਵਾਰ ਨੂੰ ਅਸੀਂ ਜਿਹੜੀ ਦਵਾਈ ਦਿੰਨੇ ਆ ਅੱਖਾਂ ਦੀ ਦਵਾਈ ਦਿੰਨੇ ਆ ਔਰ ਟਾਈਫਾਇਟ ਦੀ ਚਾਹ ਪਿਉਣੇ ਆ ਸਾ ਜਿਹਨੂੰ ਟਾਈਫਾਇਟ ਹੋ ਜਾਵੇ ਉਹਨੂੰ ਸਾਰੇ ਰੋਗ ਹੀ ਪੈਦਾ ਹੋ ਜਾਂਦੇ ਆ ਟਾਈਫਾਇਟ ਦੀ ਚਾਹ ਪਿਉਣੇ ਆ ਅੱਖਾਂ ਦੀ ਦਵਾਈ ਫ੍ਰੀ ਦਿੰਨੇ ਆ ਬਿਲਕੁਲ ਔਰ ਜੇ ਕੋਈ ਐਤਵਾਰ ਨੂੰ ਸਾਡੇ ਕੋਲੇ ਆਉਂਦਾ ਵੀ ਹੈਗਾ ਜਿਵੇਂ ਸਾਡੇ ਕੋਲੇ ਜੂਸ ਆਉਂਦੇ ਆ ਅਸੀਂ ਉਹਨਾਂ ਦੇ ਚੈੱਕ ਅਪ ਕਰਕੇ ਜਿਵੇਂ ਐ ਐਲੋਵੀਰੇ ਦਾ ਜੂਸ ਹੋ ਗਿਆ ਆਮਲੇ ਦਾ ਜੂਸ ਹੋ ਗਿਆ ਜਾਂ ਜਿਹੜੇ ਜੂਸ ਦੀ ਉਹਨੂੰ ਜ਼ਰੂਰਤ ਹੁੰਦੀ ਹੈ ਉਹ ਫੂਡ ਸਪਲੀਮੈਂਟ ਦੇ ਵਿੱਚ ਆ ਲੈਂਦੇ ਆ ਅਸੀਂ ਉਹਨੂੰ 50% ਤੇ ਹੀ ਦੇ ਦਿੰਨੇ ਆ ਐਤਵਾਰ ਨੂੰ ਤਾਂ ਉਹਦਾ ਰੀਜ਼ਨ ਕੀ ਹੈਗਾ ਕਿ ਐਤਵਾਰ ਨੂੰ ਅਸੀਂ ਜਿਹੜੀ ਹੈ ਕਿ ਸੇਵਾ ਭਾਵਨਾ ਲੈ ਕੇ ਚੱਲਦੇ ਆ ਕਿ ਇੱਕ ਦਿਨ ਅਸੀਂ ਜ਼ਿੰਦਗੀ ਦੇ ਵਿੱਚ ਦਸਵੰਦ ਅਸੀਂ ਵੀ ਕੱਢ ਦਿਆ ਕਰੀਏ ਪਹਿਵੇਂ ਤੇ ਰਿਕਮਾਲ ਨੇ ਸਾਰੇ ਹਫ਼ਤੇ ਦੇ ਵਿੱਚ ਐਤਵਾਰ ਨੂੰ ਚੱਲ ਅਸੀਂ ਵੀ ਦਸਵੰਦ ਕੱਢ ਦਿਆ ਕਰੀਏ ਖਬਰਾ ਉਸ ਦਿਨ ਕਿਉਂਕਿ ਜਿਹੜਾ ਤਕੜੇ ਲੋਕ ਆ ਨਾ ਉਹ ਵਾਕਈ ਗੱਲ ਤੋਂ ਨਹੀਂ ਸਹੀ ਹੈ ਕਿ ਉਹ ਆਦਰਵਾਦ ਕਰਾ ਨਹੀਂ ਜੁੜਦੇ ਉਸੇ ਤੇ ਕਹਿੰਦੇ ਪੀਜੀਆ ਚੱਲੋ ਉੱਥੋਂ ਹੀ ਰਾਮ ਆਣਾ ਆਪਾਂ ਨੂੰ ਠੀਕ ਆ ਨਾ ਉਹ ਦਿਮਾਗ ਦੇ ਵਿੱਚ ਸਾਡੇ ਇੱਕ ਵਹਿਮ ਬੈਠਿਆ ਹੋਇਆ ਹੈ ਕਈ ਵਾਰ ਜਦੋਂ ਸਾਰਸਫੇਰੋਂ ਭੱਜ ਲੈਂਦੇ ਆ ਫਿਰ ਉਹ ਜਦੋਂ ਮੇਰੇ ਵਰਗਾ ਬੋਰਡਵੇਂ ਦੇ ਅਗਲਾ ਦਾ ਯਾਰ ਇਹਨੇ ਵੀ ਬੋਰਡ ਲਾਇਆ ਇਹਨੂੰ ਵੀ ਮਿਲ ਚਲੀ ਗਿਆ ਹੁਣ ਖਬਰਾਂ ਇੱਥੋਂ ਹੀ ਲਾ ਜਾਂਦੇ ਤੇ ਜਦੋਂ ਇੱਥੋਂ ਇੱਕ ਬੰਦਾ ਠੀਕ ਹੋ ਜਾਂਦਾ ਕਿਸ ਪਿੰਡ ਦੇ ਵਿੱਚੋਂ ਫਿਰ ਉਹ ਬਹੁਤ ਸਾਰੇ ਲੋਕਾਂ ਨੂੰ ਭੇਜਦਾ ਕਿ ਉੱਥੇ ਚਲੇ ਜਾਓ ਯਾਰ ਉੱਥੋਂ ਠੀਕ ਹੋ ਜਾਓਗੇ ਉੱਥੋਂ ਉਹਦੇ ਵਿੱਚ ਕਈ ਲੋਕ ਆਹ ਹੋ ਜਾਂਦੇ ਜਿਹੜੇ ਲੱਖ ਰੁਪਈਆ ਲਾਉਣ ਵਾਲੇ ਹੁੰਦੇ ਆ ਤੇ ਕਈ ਇਹੋ ਜਾਂਦੇ ਜਿਹੜੇ 10 ਰੁਪਈਆ ਵੀ ਨਹੀਂ ਲਾ ਸਕਦੇ ਫਿਰ ਅਸੀਂ ਉਹਨਾਂ ਨੂੰ ਇੱਕ ਤੌਰ ਤੇ ਫ੍ਰੀ ਦੇ ਉੱਤੇ ਹੀ ਹੁੰਦਾ ਐਤਵਾਰ ਵਾਲਾ ਤਾਂ ਕੰਮ ਸਾਡਾ ਵੀ ਕੋਈ ਗੱਲ ਨਹੀਂ ਪਾਈ ਤੁਸੀਂ ਠੀਕ ਹੋ ਜਾਓ ਮਾਲਕ ਕਿਰਪਾ ਕਰੇ ਸੱਚੇ ਪਾਤਸ਼ਾਹ ਤੁਸੀਂ ਠੀਕ ਹੋ ਜਾਓ ਬਸ ਇੰਨੀ ਖੁਸ਼ੀ ਬਹੁਤ ਹੈ ਵੀ ਕੇ ਰਾ ਕੇ ਕਹਿ ਦੋ ਬਾਈ ਅਸੀਂ ਠੀਕ ਹੋ ਗਏ ਬਸ ਆਪਾਂ ਨੂੰ ਇੰਨਾ ਹੀ ਬਹੁਤ ਆ ਜੀ ਹਾਂ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਥੈਂਕ ਯੂ ਸੋ ਦੋਸਤੋ ਅਗਰ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਚਾਹੇ ਫਿਰ ਮੋਟਾਪਾ ਸ਼ੂਗਰ ਥਾਇਰੋਇਡ ਕਿਸੇ ਵੀ ਤਰ੍ਹਾਂ ਦੀ ਬਿਮਾਰੀਆਂ ਜਾਂ ਫਿਰ ਤੁਹਾਡੀ ਫੈਮਲੀ ਦੇ ਵਿੱਚ ਕੋਈ ਬਹੁਤ ਜ਼ਿਆਦਾ ਨਸ਼ੇ ਕਰਦਾ ਹੈ ਤਾਂ ਤੁਸੀਂ ਵੈਜੀ ਨਾਲ ਸੰਪਰਕ ਕਰੋ ਕਿਉਂਕਿ ਇਹਨਾਂ ਨੇ ਦਾਵਾ ਕੀਤਾ ਹੈ ਕਿ ਅਗਰ ਤੁਸੀਂ ਨਸ਼ਾ ਛੱਡਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਇਹ ਤੁਹਾਡੀ ਮਦਦ ਕਰ ਸਕਦੇ ਨੇ ਸੋ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਵੋ ਤੇ YouTube ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਕਿ ਅਸੀਂ ਜਿਹੜੀ ਵੀ ਵੀਡੀਓ ਅਪਲੋਡ ਕਰੀਏ ਉਹ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਸਤਿ ਸ਼੍ਰੀ ਅਕਾਲ